ਲੋੜੀ ਮੰਡੀ ਵਾਲਿਆਂ ਤੇ ਜਿਹੜੇ ਛੋਰ ਫਲਿਆਣੇ ਬਾਹਰ ਆਏ ਨੇ ਉਹਨਾਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਬੜਾ ਮੁਅਦਬਾਨਾ ਸਲਾਮ ਤੇ ਟੈਨਸਰਾ ਪਿਆਰ ਇਹ ਅੱਜ ਜਿਹੜਾ ਵੀਡੀਓ ਰਿਕਾਰਡ ਪੈ ਕਰਨਾ ਇਹ ਸਿਰਫ ਇਹਦੀ ਇੱਕ ਵਜ੍ਹਾ ਮੈਂ ਟਿੱਪੂ ਸਾਹਿਬ ਜਿਹੜੇ ਸਾਡੇ ਟਿੱਪੂ ਰਾਜਾ ਸਾਹਿਬ ਨੇ ਉਹਨਾਂ ਦਾ ਬੜਾ ਮੁਰੀਦ ਹੋ ਗਏ ਆ ਬੱਜੇ ਸੜੇ ਦੋ ਨਾ ਆਪਣਾ ਵੀਡੀਓ ਬਣਾਉਂਦੇ ਨੇ ਗੱਲਾਂ ਸੁਣਾਉਂਦੇ ਨੇ ਮੇਰੇ ਖਿਆਲ ਚ ਕਿਸ ਨਸਾਣਾ ਵੀ ਇੱਕ ਬੜੀ ਵੱਡੀ ਆਵਾਦਤ ਤੇ ਉਹਨਾਂ ਖਾਸ ਕਰ ਆਪਣੇ ਕਲਚਰ ਦੀਆਂ ਬੜੀਆਂ ਗੱਲਾਂ ਦੱਸੀਆਂ ਹੁਣ ਮੈਂ ਬੜਾ ਚਿਰ ਹੋ ਗਿਆ ਐ ਇੱਥੇ ਅਮਰੀਕਾ ਲੇਕਿਨ ਮੈਂ ਮੈਟਰਕ ਕੀਤਾ ਫਾਲੀਏ ਮੰਡੀ ਫਾਲੀਏ ਪਾਇਲਟ ਸਕੂਲ ਚ ਹੋਸਟਲ ਚ ਰੰਦਾਸ ਛੋਰ ਜਿਹੜੇ ਬਾਹਲੇ ਵਾਲੇ ਤੋਂ ਆਣੋ ਸਾਰੇ ਡੇਰਿਆਂ ਤੋਂ ਹੁੰਦੇ ਸਨ ਜਿਹੜੇ ਦੂਜੇ ਬਸਾਂ ਤੋਂ ਲੈਦ ਰਹੀਓ ਤੇ ਦੂਜੇ ਜਿਹੜੇ ਆ ਮੰਗਤਾਂ ਦਾ ਛੋਰੇ ਤੇ ਬਸਾਂ ਤੇ ਆ ਜਾਂਦੇ ਅਣ ਬਜਿਹੜੇ ਛੋਰ ਪਰਾਂ ਰੁਕਣ ਮੁਕਣ ਗੋਜਰੇ ਬੜ ਡੇਰਿਆਂ ਤਰਾਂ ਦੇ ਆ ਉਹ ਨਾ ਵਿਚਾਰਿਆਂ ਵਾਸਤੇ ਤੇ ਮੜਰਾਣਾ ਪਉਂਦਾ ਹੈ ਹੋਸਟਲ ਚ ਤੇ ਮੈਂ ਮੋੜ ਉਥੇ ਰਾਣਾ ਤੇ ਮੇਰੇ ਕੋਲ ਅਜੇ ਤੱਕ ਫਾਲੀਏ ਆਲੀ ਆਪਣਾ ਫਾਲੀਆ ਨਹੀਂ ਨਿਕਲਿਆ ਮੰਡੀ ਨਹੀਂ ਨਿਕਲਿਆ ਅੰਦਰੋਂ ਮੈਂ ਦੋ ਲਤੀਫਾਇਤ ਸੁਣਾੜੇ ਨੇ ਛੜ ਡਾਡੇ ਆਏ ਇਹ ਹੋਇਆ 70 ਚ ਮੁਲਕ ਸਾਡਾ ਸੂਦੀ ਲੱਗ ਗਿਆ ਕੋਇਲ ਲੱਗ ਗਿਆ ਦੁਬਈ ਉਥੋਂ ਕਈ ਪਰਤੇ ਤੇ ਕੋਈ ਗਿਆ ਕੋਈ ਨਾ ਗਿਆ ਬਸ ਸਹਿਮ 70 ਜਿਹੜੇ ਬੁੱਟੋ ਗਿਆ ਛੋਰ ਜਟਨ ਦੇ ਕਈ ਜਰਮਨ ਲੱਗ ਗਿਆ ਉਹ ਇਥੋਂ ਜਾਂਦੇ ਆਣ ਇੰਜ ਜਹੋਂ ਡੰਕੀਆਂ ਲਾਉਂਦੇ ਰੇਂਜੇ ਇਥੋਂ ਤੁਰਕੀ ਤੇ ਤੁਰਕੀ ਤੋਂ ਪਰਾਂ ਤੇ ਉਦੋਂ ਬਰਲੰਡ ਟੁਰ ਜਾਂਦੇ ਆਣ ਉਹਦੇ ਜਰਮਨ ਇੰਜੇ ਮੇਰੇ ਖ ਲੱਗਦਾ ਟੁਰ ਗਿਆ ਜਰਮਨ ਤੇ ਉਸ ਵੇਲੇ ਜੋ ਸਪਿਸ਼ਾ ਪਰਤਦੇ ਆਣ ਤੇ ਜਟਾਂ ਦੇ ਛੋਰਾ ਕੋਲ ਸਿਰਫ ਦੋ ਕੰਮ ਹੁੰਦੇ ਆਣ ਜਾਂ ਭੱਠਾ ਲਾ ਲੈਂਦੇ ਆਣ ਦੀਆਂ ਬਸ ਬਣਾ ਲੈਂਦੇ ਆਣ ਉਹ ਜਿਹੜਾ ਮੇਰਾ ਲੱਗਦਾ ਇਹਨਾਂ ਉਸ ਬਸ ਬਣਾ ਲੇ ਉਹ ਬਸ ਜਿਹੜੀ ਕੋਈ ਨਾ ਕੁਝ ਸਾਲ ਕੁ ਚਲਾਈਓ ਸ ਇੱਕ ਜਣੇ ਆਇਆ ਪਰਤਿਆ ਤੇ ਉਸ ਆਖਿਆ ਬ ਮੈਂ ਇੱਥੇ ਧੂ ਨਿਕਲ ਗਿਆ ਮੇਰਾ ਤੇ ਮੈਂ ਪਿੱਛਾ ਜਰਮਨ ਲੱਕ ਚੱਲਾ ਤੇ ਮੈਂ ਆਖਿਆ ਭਾਈ ਜੀ ਗੱਲ ਕੀ ਕਿਉਂ ਉਹ ਬੱਸ ਆਈ ਬਣਾਈ ਉਸ ਆਖਿਆ ਬੱਸ ਜਿਹੜੀ ਇਹ ਸਾਰੀ ਪੜੋ ਬਲਾਦਰੀ ਚੜ ਜਾਂਦੀ ਉਹਦੇ ਤੇ ਪੈਸੇ ਨਹੀਂ ਦਿੰਦੇ ਉਸ ਆਖਿਆ ਨਿੱਗੀ ਜੀ ਗੱਲ ਹੈ ਭਾਈ ਇੱਕ ਬੁਢੜਾ ਤੇ ਉਹ ਜੇ ਕੰਡਕਟਰ ਅੱਗੇ ਹੋਵੇ ਤੇ ਬੁਢੜਾ ਬੱਸ ਦੇ ਪਿੱਛੇ ਹੁੰਦਾ ਜੇ ਕੰਡਕਟਰ ਪਿੱਛੇ ਹੋਵੇ ਉਹ ਅਗਾ ਹੁੰਦਾ ਤੇ ਆਪਣੇ ਸੂਏ ਤੇ ਮਾਰ ਕੇ ਨਾ ਹੱਥ ਤੇ ਆਉਂਦਾ ਐਥੇ ਡੱਕੀ ਛੋਰਾ ਡੱਕੀ ਤੋ ਜਦ ਬੱਸ ਖਲਾਰ ਲਈ ਹੋ ਸਾਕ ਕੰਡਕਟਰ ਤੋਂ ਉਸ ਪੁੱਛਿਆ ਉਸਾ ਕਹਿੰਦਾ ਚਾਚਾ ਪੈਸੇ ਉਸਾ ਕਹਿੰਦਾ ਇੰਦੇ ਨਾ ਹੀ ਬਲ ਲੱਗਾ ਜਾਂਦਾ ਕਿਹੜਾ ਮੇਰੇ ਵਾਸਤੇ ਉਚੇਚਾ ਆਏ ਆ ਉਸਾ ਕਹਿੰਦਾ ਜੀ ਇੰਜ ਕਰਕੇ ਤਾਂ ਬੱਸ ਮੁੱਕ ਗਈ ਏ ਤੇ ਮੈਂ ਹੁਣ ਪਿਛਾ ਬੱਸ ਜਿਹੜੀ ਉਹ ਵੇਚ ਵਾਚ ਕਿ ਪਿਛਾ ਲੱਗ ਚੜਾ ਜਰਮਨੋਂ ਤੁਮੜ ਮਜ਼ਦੂਰੀ ਕਰਨਾ ਦੂਜਾ ਗਲਤੀ ਵਸਣਾ ਛੋੜ ਇੱਕ ਇੱਥੇ ਸਾਡੇ ਮਨ ਤੁਨ ਪਤਾ ਆ ਨਿਊਯਾਰਕ ਭਰੀਤਾ ਪਿਆ ਸਾਰੇ ਹੀ ਸੁਆਵੇ ਚੁਲਾਣੇ ਮੰਗਦਾ ਨਾਲ ਤੇ ਛੋੜ ਇੱਕ ਮਾਗੜ ਲੱਗ ਗਿਆ ਤੈਨੂੰ ਸਾਡੇਆਂ ਬੈਠਕਾਂ ਚ ਕੀ ਕਰਦੇ ਪੁਰੜੇ ਉਹ ਸਾਖਿਆ ਮੈਂ ਗਿਓ ਸਰ ਪਹਿਲੋ ਤੇ ਇੱਥੇ ਤੁਹਾਨੂੰ ਪਤਾ ਨਾ ਮੈਂ ਸੂਦੀਓ ਤੇ ਛੋੜ ਜਾਂਦੇ ਨਾ ਛੁੱਟੀ ਲੈ ਕੇ ਇੱਥੇ ਆਪਣੀਆਂ ਟੈਕਸੀਆਂ ਚ ਲਾਂਦੇ ਨੇ ਤੇ ਉਹ ਕਿਹੜਾ ਭਾਵੇਂ 6 ਮਹੀਨੇ ਰਹਿਣ ਕੋਈ ਨਹੀਂ ਪੁੱਛਦਾ ਉਹ ਸਾਖਿਆ ਪਹਿਲੋ ਤੇ ਬਿਜ਼ਤੀ ਰੋਜ਼ ਕਰਨ ਹੋਣਾ ਉਹ ਚੈੱਕ ਤਰੋਂ ਛੜਿਆ ਉਹਨਾਂ ਕਾਟ ਤਰੋਂ ਛੜਿਆ ਮੋੜੋ ਸਾਖਿਆ ਬੈਹ ਜਿਹੜਾ ਚੋਖੇ ਦਿਹਾੜੇ ਰਾਹ ਪੈ ਇੱਜ਼ਤ ਉੱਥੇ ਕੋਈ ਨਾ ਰਹਿ ਗਈ। ਉਸ ਸਾਖਿਆ ਮੈਂ ਬੜਿਆ ਬੈਠਕ ਸਰਦੀਆਂ ਬੜੀਆਂ ਦੇ ਇੱਕ ਬੈਠਕਦਾਰੇ ਦਾ ਜੇ ਬੂਹਾਂ ਬੰਦ ਕੀਤੇ ਹੋਏ ਨੇ ਅੰਦਰ ਬੁਰੜੇ ਭੁੱਕਾ ਛਿੱਕਦੇ ਆਂਦੇ ਆਂਦਾ ਮੈਂ ਅੰਦਰ ਬੜਿਆ ਉਹਨਾਂ ਕੋਈ ਕਿਸੇ ਹਿੱਸੇ ਚੋਕ ਕੇ ਪੁੱਛਿਆ ਵੇਖਿਆ ਵੀ ਨਹੀਂ ਬਕੌਣ ਅੰਦਰ ਬੜਿਆ। ਉਸ ਸਾਖਿਆ ਮੈਂ ਪਛੀ ਹੋ ਕੇ ਤੇ ਵਿਸਕਾਰ ਹੋ ਕੇ ਨੇ ਫੇਰਦਨ ਪੈ। ਮੈਂ ਪਛੀ ਹੋ ਕੇ ਤਾਂ ਆਪੇ ਹੀ ਗੱਲ ਚਾ ਕੀਤੀ ਹੈ ਭਈ ਬਾਹਰ ਪਾਣਾ ਬੜਾ। ਉਹ ਵਿੱਚੋਂ ਇੱਕ ਬੁਰੜਾ ਉਸ ਆਖਿਆ ਉਸ ਆਖਿਆ ਸਾਰਿਆਂ ਨੂੰ ਪਤਾ ਕੋ ਨਵੀਂ ਗੱਲ ਕਰ ਇਹ ਦੋਨ ਲਤੀਫਿਆ ਤੇ ਟਿੱਪੂ ਸਾਹਿਬ ਮੈਂ ਹੋਰ ਵੀ ਦੋਨ ਲਤੀਫਿਆ ਜੇ ਬੜੇ ਸੁਣਾਣੇ ਨੇ ਉਹਦੀ ਵਜ੍ਹਾ ਇਹ ਮੈਨੂੰ ਲਤੀਫਿਆ ਦਾ ਬੜਾ ਸ਼ੌਕ ਹੈ ਪਰ ਅੱਜ ਜਿਹੜਾ ਨਾ ਖਾਸ ਕਰਕੇ ਇਹ ਦਰੋਣੇ ਵਾਲੀ ਹੈ ਮੈਂ ਆਪਣੇ ਮੰਡੀ ਦੇ ਤੇ ਛੋਰਾ ਫਲਿਆਣਿਆਂ ਵਾਸਤੇ ਜਿਹੜਾ ਬਾਹਰ ਆਏ ਨਾ ਇੱਕ ਮਾਇਆ ਆਪ ਬਣਾਇਆ ਉਹ ਮਾਇਆ ਇਹਨ ਜੇ ਉਸ ਆਖਿਆ ਲਾਰੀਆਂ ਸੱਤ ਸਿਰੇ ਦੀਆਂ ਲਾਰੀਆਂ ਸੱਤ ਸਿਰੇ ਦੀਆਂ ਪਰ ਤਾਂ ਛੋਰਾ ਪ੍ਰਦੇਸ਼ ਹਮੇ ਕਰ ਲੇ ਗਣ ਤਿਆਰੀਆਂ Eid ਦੀਆਂ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਐਡਵਾਂਸ Eid ਮੁਬਾਰਕ ਚੜ੍ਹਦੇ ਪਾਸੇ ਰਹਿ ਉਹ ਖੁਸ਼ ਰਹੋ ਜਿੱਥੇ-ਜਿੱਥੇ ਵੀ ਹੋ ਮੰਡੀ ਬੌਦੀਨ ਜ਼ਿੰਦਾਬਾਦ